ਨਵੀਂ ਦਿੱਲੀ ਵਿੱਚ ਮਾਰਕੀ ਦੂਤਵਸ ਨੇ ਲੋਕਾਂ ਨੂੰ H ਅਤੇ L ਵੀਜ਼ਾ ਦੇ ਲਈ ਅਪਲਾਈ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਲਈ 12 ਦਿਨਾਂ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਪ੍ਰੋਗਰਾਮ ਦੇ ਪਹਿਲੇ ਦਿਨ ਮੰਗਲਵਾਰ ਨੂੰ ਐਮਬੈਸੀ ਵੱਲੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਕਲਿੱਪ ਚ ਕਿਹਾ ਗਿਆ ਸੀਗਾ ਕਿ H ਅਤੇ L ਵੀਜ਼ਾ ਅਰਜ਼ੀਆਂ ਦੇ ਵਿੱਚ 17% ਵਾਧਾ ਹੋਇਆ ਇਸ ਦੇ ਲਈ ਉਡੀਕ ਸਮਾਂ ਘਟਾਇਆ ਗਿਆ ਪਰ ਵੀਜ਼ਾ ਵਿਨਾਕਾਰਾਂ ਦੀਆਂ ਹੋਰ ਸ਼੍ਰੇਣੀਆਂ ਨੇ ਆਪਣੀ ਨਿਰਾਸ਼ਾ ਹੁਣ ਜ਼ਾਹਿਰ ਕੀਤੀ ਹੈ ਟਵਿੱਟਰ ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਕਲਿੱਪ ਵਿੱਚ ਕਿਹਾ ਗਿਆ ਹੈ ਕੇ ਹਜ਼ਾਰਾਂ ਕਾਮੇ ਤੇ ਪਰਿਵਾਰ ਅਮਰੀਕਾ ਚ ਦੁਬਾਰਾ ਸ਼ਾਮਲ ਹੋਣ ਜਾਂ ਕੰਮ ਸ਼ੁਰੂ ਕਰਨ ਦੇ ਯੋਗ ਹੋ ਗਏ ਨੇ ਇਸ ਸਮੇਂ ਭਾਰਤ ਵਿੱਚ ਵੀਜ਼ਾ ਮੁਲਾਕਾਤਾਂ ਦੇ ਲਈ ਲੰਬੇ ਸਮੇਂ ਦੀ ਉਡੀਕ ਹੈ ਵਾਈਟ ਹਾਊਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਪ੍ਰਸ਼ਾਸਨ ਲੰਬੀ ਦੇਰੀ ਤੋਂ ਜਾਣੂ ਸੀ ਤੇ ਇਸ ਨੂੰ ਛੋਟਾ ਕਰਨ ਦੇ ਲਈ ਕੰਮ ਕਰ ਰਿਹਾ ਸੀ ਦੂਜੇ ਪਾਸੇ ਨਾਰਾਜ਼ ਵੀਜ਼ਾ ਵਿਨੇਕਾਰਾਂ ਕਾਜਲ ਰੋਡੋ ਨੇ ਅਮਰੀਕੀ ਐਮਬੈਸੀ ਨੂੰ ਟਵਿੱਟਰ ਤੇ ਲਿਖਿਆ ਤੁਸੀਂ ਲੋਕਾਂ ਨੂੰ ਕਦੋਂ ਤੱਕ ਇੰਤਜ਼ਾਰ ਕਰਵਾਓਗੇ ਸਾਡੇ ਤੋਂ ਬਾਅਦ ਢੀਖੇ ਉਹ ਲੋਕਾਂ ਵਿਚਾਲੇ 4-5 ਮਹੀਨੇ ਬਾਦ ਇੰਟਰਵਿਊ ਦੇ ਪੱਤਰ ਮਿਲੇ ਤੇ ਅਸੀਂ 10 ਮਹੀਨਿਆਂ ਤੋਂ ਆਪਣੇ ਇੰਟਰਵਿਊ ਦੀ ਉਡੀਕ ਕਰ ਰਹੇ ਹਾਂ ਤੁਸੀਂ ਲੋਕ ਕੇਵਲ F1 HLB ਸ਼੍ਰੇਣੀਆਂ ਦੀ ਪਰਵਾਹ ਕਰਦੇ ਹੋ ਸਾਡੇ ਬਾਰੇ ਕੀ ਹੈ ਇਦਾਂ ਹੀ ਇੱਕ ਹੋਰ ਨੇ ਲਿਖਿਆ ਹੈ ਕਿ ਤੁਹਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ ਪਰ ਕਿਰਪਾ ਕਰਕੇ V1 V2 ਵੀਜ਼ਾ ਦਾ ਵੀ ਧਿਆਨ ਰੱਖੋ ਮੇਰੇ ਸਮੇਤ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਪਰਿਵਾਰਾਂ ਨਾਲ ਮੁੜ ਮਿਲਣ ਦੇ ਲਈ 2025 ਦੇ ਅੱਧ ਤੱਕ ਉਡੀਕ ਕਰਨੀ ਪਵੇਗੀ ਅਮਰੀਕੀ ਵਿਦੇਸ਼ ਵਿਭਾਗ ਨੇ ਨਵੰਬਰ ਚ ਕਿਹਾ ਅਸਗਾ ਕਿ B1 B2 ਉਮੀਦਵਾਰਾਂ ਦੇ ਇੰਟਰਵਿਊ ਲਈ ਉਡੀਕ ਦਾ ਮਿਆਦ ਬੰਬਈ 999 ਦਿਨ ਹైదరాబాద్ 994 ਦਿਨ ਦਿੱਲੀ 961 ਦਿਨ ਚਨਈ 900 48 ਦੇ ਤੇ ਕੋਲਕਾਤਾ 904 ਦੇ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪ੍ਰੈਜ਼ੀਡੈਂਸ਼ੀਅਲ ਪੈਨਲ ਨੇ ਪ੍ਰਸ਼ਾਸਨ ਨੂੰ ਸਿਫਾਰਿਸ਼ ਕੀਤੀ ਕਿ ਭਾਰਤ ਵਰਗੇ ਭਾਰੀ ਬੈਕਲੌਗ ਵਾਲੇ ਦੇਸ਼ਾਂ ਦੇ ਲਈ ਵੀਜ਼ਾ ਮੁਲਾਕਾਤਾਂ ਦੇ ਇੰਤਜ਼ਾਰ ਦੇ ਸਮੇਂ ਨੂੰ ਵੱਧ ਤੋਂ ਵੱਧ 4 ਹਫ਼ਤਿਆਂ ਤੱਕ ਘਟਾਉਣ ਦੇ ਲਈ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਮੈਮੋਰੰਡਮ ਜਾਰੀ ਕਰਨ ਤੇ ਵਿਚਾਰ ਕੀਤਾ ਜਾਇਆ